ਘਰ ਦੇ ਵਿੱਚ ਵੜ ਕੇ ਦਿਨ ਦਿਹਾੜੇ ਇੱਕ ਔਰਤ ਦੇ ਕੋਲੋਂ ਮੰਗਲ ਸੂਤਰ ਦੀ ਲੁੱਟ ਕੀਤੀ ਗਈ ਹੈ। ਦੱਸਦੀਏ ਕਿ ਇੱਕ ਸ਼ਖਸ ਜੋ ਕਿ ਨਕਲੀ ਬੰਦੂਕ ਆਪਣੇ ਨਾਲ ਲੈ ਕੇ ਆਇਆ ਸੀ, ਪਰ ਉਸਨੇ ਪਹਿਲਾਂ ਤਾਂ ਔਰਤ ਨੂੰ ਪਿਸਤੌਲ ਦੀ ਨੋਕ ਦੇ ਉੱਤੇ ਸਾਈਡ ਦੇ ਵਿੱਚ ਕੀਤਾ ਅਤੇ ਫਿਰ ਉਸਦੇ ਘਰ ਦੇ ਵਿੱਚ ਵੜ ਕੇ ਉਸਦੇ ਗਲ 'ਚ ਪਾਇਆ ਹੋਇਆ ਮੰਗਲ ਸੂਤਰ ਖੋਲ੍ਹਿਆ। ਹਾਲਾਂਕਿ ਜਿਵੇਂ ਹੀ ਔਰਤ ਨੇ ਸ਼ੋਰ ਮਚਾਇਆ ਤਾਂ ਉਸਦੀ ਅੱਖਾਂ ਦੇ ਵਿੱਚ ਮਿਰਚਾਂ ਵਾਲਾ ਪਾਊਡਰ ਵੀ ਪਾ ਦਿੱਤਾ, ਜਿਸ ਤੋਂ ਬਾਅਦ ਲੋਕ ਉੱਥੇ ਇਕੱਠੇ ਹੁੰਦੇ ਨੇ ਅਤੇ ਉਸ ਲੁਟੇਰੇ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਜਾਂਦਾ। ਹਾਲਾਂਕਿ ਜਦੋਂ ਉਸਦੀ ਗੰਨ ਦੀ ਤਲਾਸ਼ੀ ਲਈ ਜਾਂਦੀ ਹੈ ਤਾਂ ਉਹ ਵੀ ਇੱਕ ਟੋਏ ਗੰਨ ਨਿਕਲਦੀ ਹੈ, ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਉਸਦੀ ਖੂਬ ਛਿੱਤਰ ਪਰੇਡ ਕੀਤੀ ਜਾਂਦੀ ਹੈ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਤਾਂ ਮੋਹਾਲੀ ਦੇ ਡੇਰਾ ਬਸੀ ਦੇ ਵਿੱਚੋਂ ਇਹ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਔਰਤ ਦੇ ਨਾਲ ਘਰ ਦੇ ਵਿੱਚ ਵੜ ਕੇ ਦਿਨ ਦਿਹਾੜੇ ਲੁੱਟ ਕੀਤੀ ਗਈ ਹੈ। ਪਿਸਤੌਲ ਦੀ ਨੋਕ ਦੇ ਉੱਤੇ ਪਹਿਲਾਂ ਉਸਨੂੰ ਬੰਦੀ ਬਣਾਇਆ ਜਾਂਦਾ ਅਤੇ ਫਿਰ ਉਸਦੇ ਗਲ ਦੇ ਵਿੱਚੋਂ ਮੰਗਲ ਸੂਤਰ ਖੋਇਆ ਜਾਂਦਾ। ਹਾਲਾਂਕਿ ਉਸਦੇ ਨਾਲ ਇੱਕ ਛੋਟੀ ਜਿਹੀ ਬੱਚੀ ਵੀ ਹੁੰਦੀ ਹੈ ਜੋ ਕਿ ਕਾਫੀ ਡਰ ਜਾਂਦੀ ਹੈ ਅਤੇ ਜੋ ਲੁਟੇਰਾ ਉੱਥੋਂ ਦੀ ਜਦੋਂ ਭੱਜਣ ਲੱਗਦਾ ਤਾਂ ਮੌਕੇ ਦੇ ਉੱਤੇ ਹੀ ਲੋਕ ਉਸਨੂੰ ਕਾਬੂ ਕਰ ਲੈਂਦੇ ਨੇ। ਲੁੱਟਖੋ, ਚੋਰੀ ਦੀ ਵਾਰਦਾਤਾਂ, ਸਨੈਚਿੰਗ ਦੀ ਵਾਰਦਾਤਾਂ ਕਰਨ ਵਾਲੇ ਦੇ ਹੌਸਲੇ ਲਗਾਤਾਰ ਬੁਲੰਦ ਨਜ਼ਰ ਆ ਰਹੇ ਨੇ। ਬੇਖੌਫ ਤਰੀਕੇ ਦੇ ਨਾਲ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ। ਹੁਣ ਇਹ ਮਾਮਲਾ ਆਇਆ ਡੇਰਾਬੱਸੀ ਦੇ ਸਿਮਰਨ ਸਿਟੀ ਕਲੋਨੀ ਦਾ, ਜਿਹਦੇ ਵਿੱਚ ਇੱਕ ਲੁੱਟਖੋ ਕਰਨ ਵਾਲਾ ਪਿਸਟਲ ਲੈ ਕੇ ਇੱਕ ਘਰ ਦੇ ਵਿੱਚ ਵੜਦਾ ਹੈ, ਇੱਕ ਲੇਡੀਜ਼ ਦੇ ਪਿਸਟਲ ਰੱਖ ਕੇ ਉਹਦਾ ਮੰਗਲ ਸੂਤਰ ਲੈ ਕੇ ਉੱਥੋਂ ਫਰਾਰ ਹੋ ਜਾਂਦਾ। ਹਾਲਾਂਕਿ ਉਹਨੇ ਸ਼ੋਰ ਮਚਾਇਆ ਤਾਂ ਲੋਕਾਂ ਨੇ ਗੇਟ 'ਤੇ ਉਹਨੂੰ ਦਬੋਚ ਲਿਆ, ਪੁਲਿਸ ਨੂੰ ਬੁਲਾਇਆ ਗਿਆ, ਚੋਰ ਨੂੰ ਕਾਬੂ ਕਰ ਲਿਆ ਅਤੇ ਪਿਸਟਲ ਉਹ ਨਕਲੀ ਨਿਕਲਿਆ, ਯਾਨੀ ਕਿ ਟੋਏ ਪਿਸਟਲ ਲੈ ਕੇ ਉਹ ਲੇਡੀ ਨੂੰ ਡਰਾ ਧਮਕਾ ਕੇ ਉਹਦਾ ਮੰਗਲ ਸੂਤਰ, ਉਹਦੀ ਗੋਲਡ ਦੀ ਜਿਹੜੀ ਚੈਨੀ ਹੈ ਉਹ ਵੀ ਲੈ ਕੇ ਫਰਾਰ ਹੋਣਾ। ਹਾਲਾਂਕਿ ਮਿਰਚੀ ਪਾਊਡਰ ਵੀ ਉਹਨੇ ਪਾਇਆ। ਮਹਿਲਾ ਜਿਹੜੀ ਹੈ ਉਹ ਘਰ ਦੇ ਵਿੱਚ ਇਕੱਲੀ ਸੀ, ਉਹਦੀ 1 ਸਾਲ ਦੀ ਬੱਚੀ ਵੀ ਉਹਦੇ ਨਾਲ ਸੀ। ਜਦ ਉਹਨੇ ਸ਼ੋਰ ਮਚਾਇਆ ਤਾਂ ਉਸ ਨੂੰ ਦਬੋਚਿਆ ਗਿਆ। ਲੇਕਿਨ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਦਿਨ ਦਿਹਾੜੇ ਘਰ ਦੇ ਅੰਦਰ ਵੜ ਕੇ ਔਰ ਪਿਸਟਲ ਦੀ ਨੋਕ 'ਤੇ ਇਸ ਤਰ੍ਹਾਂ ਦੀ ਲੁੱਟਖੋ ਕਰਨਾ, ਇਸ ਤਰ੍ਹਾਂ ਦਾ ਬੇਖੌਫ ਤਰੀਕੇ ਦੇ ਨਾਲ, ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਜ਼ਰੂਰ ਖੜਾ ਕਰਦਾ ਹੈ, ਕਿਉਂਕਿ ਪਿਛਲੇ ਦਿਨਾਂ ਕਈ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਮੋਹਾਲੀ ਜ਼ਿਲ੍ਹੇ ਦੀ ਅਸੀਂ ਗੱਲ ਕਰ ਲਈਏ, ਟ੍ਰਾਈਸਿਟੀ ਦੀ ਅਸੀਂ ਗੱਲ ਕਰ ਲਈਏ, ਇੱਕ ਹੈਲਮਟ ਗੈਂਗ ਲਗਾਤਾਰ ਐਕਟਿਵ ਹੈ। ਇਸ ਤੋਂ ਇਲਾਵਾ ਜਿਹੜੇ ਲੁੱਟਖੋ ਕਰਨ ਵਾਲੇ, ਸਨੈਚਿੰਗ ਕਰਨ ਵਾਲੇ ਜਿਹੜੇ ਡਰੱਗ ਐਡਿਕਟਸ ਹੈ ਉਹ ਵੀ ਐਕਟਿਵ ਹੈ, ਕਿ ਕਿਸੇ ਕੋਈ ਜਿਹੜਾ ਡਰ ਨਹੀਂ, ਬੇਖੌਫ ਤਰੀਕੇ ਦੇ ਨਾਲ ਲੁੱਟਖੋ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ, ਜਿਸ ਕਰਕੇ ਪਿਛਲੇ ਦਿਨਾਂ ਹਾਲਾਂਕਿ ਕਈ ਗ੍ਰਿਫਤਾਰੀਆਂ ਵੀ ਹੋਈਆਂ, ਲੇਕਿਨ ਇਸ ਵਾਰ ਦੁਬਾਰਾ ਤੋਂ ਜੇ ਆਪਾਂ ਗੱਲ ਕਰੀਏ ਡੇਰਾਬੱਸੀ ਸਾਈਡ, ਜ਼ੀਰਕਪੁਰ ਸਾਈਡ, ਇਸ ਤਰ੍ਹਾਂ ਦੇ ਜਿਹੜੇ ਗੈਂਗ ਹੈ ਜਾਂ ਇਸ ਤਰ੍ਹਾਂ ਦਾ ਜਿਹੜੇ ਲੁੱਟਖੋ ਕਰਨ ਵਾਲੇ ਹੈ ਉਹ ਲਗਾਤਾਰ ਐਕਟਿਵ ਹੈ ਔਰ ਦਿਨ ਦਿਹਾੜੇ ਲੁੱਟ ਦੀ ਵਾਰਦਾਤਾਂ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ। ਹਾਲਾਂਕਿ ਇਸ ਪੂਰੇ ਮਾਮਲੇ 'ਚ ਡੇਰਾਬੱਸੀ ਦਾ ਇਹ ਜਿਹੜਾ ਮਾਮਲਾ ਹੈ, ਘਰ ਦੇ ਅੰਦਰ ਵੜ ਕੇ ਲੁੱਟਖੋ ਦੀ ਕਰਨ, ਜਿਹੜੀ ਪਿਸਟਲ ਦੀ ਨਕਤੇ, ਜਿਹੜੀ ਨਕਲੀ ਪਿਸਟੋਲ ਲੈ ਕੇ ਲੁੱਟਖੋ ਜਿਹੜੀ ਆ ਉਹ ਕਰਕੇ ਭੱਜ ਰਿਹਾ ਸੀਗਾ। ਹਾਲਾਂਕਿ ਲੋਕਾਂ ਨੇ ਉਹਨੂੰ ਦਬੋਚਿਆ, ਹੁਣ ਪੁਲਿਸ ਨੇ ਉਹਨੂੰ ਕਾਬੂ ਕਰ ਲਿਆ, ਪੁਲਿਸ ਪੁੱਛਗਿੱਛ ਕਰ ਰਹੀ ਹੈ ਕਿ ਆਖਿਰ ਉਹ ਕੌਣ ਹੈ, ਕਿਸ ਤਰ੍ਹਾਂ ਦੀ ਵਾਰਦਾਤਾਂ ਨੂੰ ਇਹ ਟੋਏ ਪਿਸਟਲ ਜਿਹੜੀ ਹੈ ਉਹਨੇ ਆਨਲਾਈਨ ਮੰਗਾਈ ਸੀ, ਜਿਹੜੀ ਜਾਣਕਾਰੀ ਉਹਨੇ ਪੁਲਿਸ ਨੂੰ ਦਿੱਤੀ ਹੈ ਕਿ ਆਨਲਾਈਨ ਉਹਨੇ ਇਹ ਟੋਏ ਪਿਸਟਲ ਮੰਗਾਈ ਸੀ ਔਰ ਇਸੇ ਕਾਰਨ ਮੰਗਾਈ ਸੀ ਕਿ ਲੋਕਾਂ ਨੂੰ ਡਰਾ ਧਮਕਾ ਕੇ ਔਰ ਜਿਹੜਾ ਹੈਗਾ ਲੁੱਟਖੋ ਕੀਤੇ ਜਾ ਸਕੇ।